Mr. Singh Productions presents. ਪਰਮ ਸਨਮਾਨਯੋਗ ਸਮੁੱਚੇ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਦੇਵ ਗੁਰਸਿੱਖ ਸੰਗਤਾਂ ਸਾਰੇ ਬੈਠੇ ਨੇ, ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕੁਝ ਅਜਿਹੇ ਵਿਸ਼ੇ 'ਤੇ ਕੁਝ ਅਹਿਮ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਜੋ ਕਿ ਪਿਛਲੇ 2 ਦਿਨਾਂ ਤੋਂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨੰਬਰ 1, ਸਭ ਤੋਂ ਪਹਿਲਾਂ ਮੈਂ ਸਾਰੀਆਂ ਸੰਗਤਾਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ, ਕੋਟ ਕੋਟ ਸ਼ੁਕਰਾਨਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਅੱਜ ਸਵੇਰੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਵਿਖੇ ਤਖ਼ਤ ਦੀ ਮਰਯਾਦਾ ਅਨੁਸਾਰ ਤਕਰੀਬਨ 7:15 ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਗੁਰੂ ਕੀ ਕਾਂਸ਼ੀ ਸ਼੍ਰੀ ਦਮਦਮਾ ਸਾਹਿਬ ਵਿਖੇ ਜੋ ਆਪਣੀ ਮੁਬਾਰਕ ਰਸਨਾ ਤੋਂ ਅਰਥ ਪੰਥ ਖਾਲਸੇ ਨੂੰ ਬਖਸ਼ਿਸ਼ ਕੀਤੇ ਔਰ ਸੀਨਾ ਬਸੀਨਾ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਤੋਂ, ਗਿਆਨੀ ਸਿੰਘਾਂ ਤੋਂ ਉਹ ਪੂਰੇ ਸੰਸਾਰ ਦੇ ਵਿੱਚ ਪ੍ਰਚਲਿਤ ਹੋਏ, ਉਸ ਦੀ ਮੈਂ ਵਧਾਈ ਦਿੰਦਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਸਟੀਕ ਦਾ ਪ੍ਰਕਾਸ਼ਨ ਅੱਜ ਜਿਹੜਾ ਹੈ ਹੋ ਗਿਆ। ਅਤੇ ਸਟੀਕ ਦੇ ਸੰਬੰਧ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਬੜਾ ਵਾਦ ਵਿਵਾਦ ਜਿਹਦੇ ਬਾਰੇ ਬਿਆਨਬਾਜ਼ੀਆਂ ਹੋਈਆਂ ਨੇ, ਮੈਂ ਉਹਦੇ ਬਾਰੇ ਕੁਛ ਗੱਲਾਂ ਸਾਂਝੀਆਂ ਕਰਨੀ ਚਾਹੁੰਦਾ। ਗਿਆਨੀ ਹਰਨਾਮ ਸਿੰਘ ਜੀ ਵੱਲੋਂ ਤਕਰੀਬਨ ਅਖਬਾਰਾਂ ਦੇ ਵਿੱਚ ਬਿਆਨ ਦਿੱਤਾ, ਜਿਸ ਬਿਆਨ ਦੇ ਵਿੱਚ ਉਹਨਾਂ ਨੇ ਜੋ ਕੁਛ ਲਿਖਿਆ ਉਹ ਤਕਰੀਬਨ ਤੁਸੀਂ ਸਾਰਿਆਂ ਨੇ ਪੜ੍ਹਿਆ। ਉਹਨਾਂ ਨੇ ਇਹ ਕਿਹਾ ਕਿ ਬਾਬਾ ਹਰੀ ਸਿੰਘ ਦਮਦਮੀ ਟਕਸਾਲ ਦਾ ਨਾਮ ਵਰਤਣ ਤੋਂ ਗੁਰੇਜ਼ ਕਰੇ। ਦੂਸਰਾ ਇਲਜ਼ਾਮ ਲਾਇਆ ਉਹਨਾਂ ਨੇ ਕਿ ਇਹਨਾਂ ਨੇ ਜਿਹੜਾ ਹੈਗਾ ਅਰਥ ਚੋਰੀ ਕਰ ਲਏ, ਅਤੇ ਤੀਸਰਾ ਲਾਇਆ ਕਿ ਇਹਨਾਂ ਦਾ ਟਕਸਾਲ ਨਾਲ ਸੰਬੰਧ ਕੋਈ ਨਹੀਂ ਹੈ। ਉਹਨਾਂ ਨੇ ਗਿਆਨੀ ਇੰਦਰਜੀਤ ਸਿੰਘ ਨੂੰ ਪੁੱਛਿਆ ਅਤੇ ਇਸ ਕਰਕੇ ਪਹਿਲੀ ਤਾਂ ਗੱਲ ਮੈਂ ਇਹ ਸਪਸ਼ਟ ਕਰਨੀ ਚਾਹੁੰਦਾ ਕਿ ਅਸੀਂ ਟਕਸਾਲ ਦਾ ਜਿਹੜਾ ਨਾਂ ਹੈ, ਮੈਂ ਸਾਰੀ ਸੰਗਤ ਨੂੰ, ਤਾਂ ਕਿ ਮੈਨੂੰ ਕੋਈ ਇਹ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ, ਪਰ ਫਿਰ ਵੀ ਕਈ ਵਾਰੀ ਮਨ ਦੇ ਵਿੱਚ ਭੁਲੇਖਾ ਪੈ ਜਾਂਦਾ। ਕੁਛ ਵੀਰਾਂ ਨੂੰ, ਕੁਛ ਸੱਜਣਾਂ ਨੂੰ, ਕੁਛ ਮੈਨੂੰ ਸਿੰਘਾਂ ਦੇ ਫੋਨ ਵੀ ਆ ਰਹੇ ਨੇ, ਉਹਨਾਂ ਨੂੰ ਵੀ ਲੱਗਦਾ ਕਿ ਸ਼ਾਇਦ ਅਸੀਂ ਇਹ ਦਮਦਮੀ ਟਕਸਾਲ ਦੇ ਨਾਂ 'ਤੇ ਪ੍ਰਕਾਸ਼ ਕਰ ਦਿੱਤਾ, ਜਿਹਦੇ ਕਰਕੇ ਦਮਦਮੀ ਟਕਸਾਲ ਨੇ ਇਹ ਕਦਮ ਚੁੱਕਿਆ। ਮੈਂ ਇਹਦੇ ਬਾਰੇ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਅਤੇ ਆਹ ਹੈ ਗੁਰਬਾਣੀ ਅਰਥ ਭੰਡਾਰ ਦੀ ਸਟੀਕ। ਅਤੇ ਆ ਇੱਥੇ ਜਾ ਕੇ ਤੁਸੀਂ ਦੇਖੋਗੇ, ਆ ਇੱਥੇ ਲਿਖਿਆ ਹੋਇਆ ਪ੍ਰਕਾਸ਼ਕ, ਇਹ ਸਾਰੇ ਆਪ ਜੀ ਦੇਖ ਲਓ, ਪ੍ਰਕਾਸ਼ ਤੇ ਲਿਖਿਆ ਖਾਲਸਾ ਚੈਰੀਟੇਬਲ ਟਰੱਸਟ ਰਜਿਸਟਰਡ ਗੁਰਮਤਿ ਵਿਦਿਆਲਾ ਜਥਾ ਰੰਧਾਵਾ, ਇਹ ਹੈ ਪ੍ਰਕਾਸ਼ਕ। ਅਤੇ ਇੱਥੇ ਲਿਖਿਆ ਟੀਕਾਕਾਰ ਸੰਤ ਹਰੀ ਸਿੰਘ ਰੰਧਾਵੇ ਵਾਲੇ ਸੰਪਰਦਾ ਦਮਦਮੀ ਟਕਸਾਲ। ਅਤੇ ਮੈਨੂੰ ਇਹ ਦੱਸੋ, ਜਿਹੜਾ ਇਹ ਰੌਲਾ ਪਾਇਆ ਜਾ ਰਿਹਾ ਹੈ ਕਿ ਰੰਧਾਵੇ ਵਾਲਿਆਂ ਨੇ ਦਮਦਮੀ ਟਕਸਾਲ ਦੇ ਨਾਂ 'ਤੇ ਟੀਕਾ ਪ੍ਰਕਾਸ਼ ਕਰ ਦਿੱਤਾ, ਆ ਜੋ ਟੀਕੇ ਦੇ ਉੱਤੇ ਲਿਖਿਆ ਹੋਇਆ
ਇਹ ਤੁਸੀਂ ਸਾਰਿਆਂ ਨੇ ਪੜ੍ਹ ਲਿਆ। ਪ੍ਰਕਾਸ਼ਨ ਪ੍ਰਕਾਸ਼ਕ ਇਹਦਾ ਹੈਗਾ ਜਥਾ ਰੰਧਾਵਾ। ਟੀਕਾਕਾਰ ਇਹਦਾ ਹੈਗਾ ਸੰਤ ਹਰੀ ਸਿੰਘ ਰੰਧਾਵੇ ਵਾਲੇ ਸੰਪਰਦਾ ਦਮਦਮੀ ਟਕਸਾਲ। ਹੁਣ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਕਿਉਂ ਲਿਖਣਾ ਜਿਹੜਾ ਸੰਪਰਦਾ ਦਮਦਮੀ ਟਕਸਾਲ। ਪਹਿਲੀ ਤਾਂ ਗੱਲ ਮੈਂ ਇੱਥੇ ਇੱਕ ਤੁਹਾਨੂੰ ਹੋਰ ਸਪਸ਼ਟ ਕਰਨੀ ਚਾਹੁੰਦਾ, ਜਿਹੜੀ ਬੜੀ ਅਸਲੀਅਤ ਜਿਹੜੀ ਹੈ ਉਹ ਕੌਮ ਦੇ ਸਾਹਮਣੇ ਆ ਜਾਵੇ, ਤਾਂ ਕਿ ਕਿਤੇ ਕੋਈ ਭੁਲੇਖਾ ਨਾ ਰਹੇ ਕਿਸੇ ਗੱਲ ਦਾ। ਆਹ ਹੈ ਸਾਡੀ ਜਿਹੜੀ ਪੁਸਤਕ ਗੁਰਵਾਕ ਚਾਨਣ। ਗੁਰਵਾਕ ਚਾਨਣ, ਹੁਣ ਤੁਸੀਂ ਦੇਖੋ ਇਹਦਾ ਪ੍ਰਕਾਸ਼ਕ ਵੀ ਖਾਲਸਾ ਚੈਰੀਟੇਬਲ ਟਰੱਸਟ ਗੁਰਮਤ ਵਿਦਿਆਲਾ ਜਥਾ ਰੰਧਾਵਾ ਹੈ, ਅਤੇ ਇਹਦੇ ਉੱਪਰ ਲੇਖਕ ਸੰਤ ਹਰੀ ਸਿੰਘ ਰੰਧਾਵੇ ਵਾਲੇ ਸੰਪਰਦਾ ਦਮਦਮੀ ਟਕਸਾਲ ਇਸ ਪੋਥੀ 'ਤੇ। ਅਤੇ ਇਸ ਤੋਂ ਇਲਾਵਾ ਇਹ ਪੋਥੀ ਜਿਹੜੀ ਹੈ ਪਹਿਲੀ ਵਾਰ ਇਹ ਛਪੀ ਪਹਿਲੀ ਵਾਰ ਅਪ੍ਰੈਲ 1999 ਨੂੰ, ਦੂਜੀ ਵਾਰ ਜੁਲਾਈ 2001, ਫਿਰ 2005, ਫਿਰ 2010 ਅਤੇ ਫਿਰ 2015 ਦੇ ਵਿੱਚ। ਅਤੇ ਜੇ ਅਸੀਂ ਟਕਸਾਲ ਦਾ ਨਾਂ ਹੁਣ ਵਰਤ ਲਿਆ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ 18 ਸਾਲ ਪਹਿਲਾਂ, 18 ਸਾਲ ਅਤੇ ਕੁਝ ਮਹੀਨੇ ਜਦੋਂ ਪਹਿਲੀ ਇਹ ਗੁਰਵਾਕ ਚਾਨਣ ਦੀ ਇਹ ਗ੍ਰੰਥ ਲਿਖ ਕੇ ਕੌਮ ਨੂੰ ਸਮਰਪਿਤ ਕੀਤਾ 300 ਸਾਲੇ 'ਤੇ, ਅਤੇ 18 ਸਾਲ ਫਿਰ ਇਹ ਦਮਦਮੀ ਟਕਸਾਲ ਨੇ ਇਹ ਉਡੀਕ ਕਿਉਂ ਕੀਤੀ, ਉਦੋਂ ਇਹ ਇਤਰਾਜ਼ ਕਿਉਂ ਨਾ ਕੀਤਾ ਕਿ ਇਸ ਪੁਸਤਕ ਦੇ ਉੱਤੇ ਅਸੀਂ ਜਿਹੜਾ ਦਮਦਮੀ ਟਕਸਾਲ ਦਾ ਨਾਂ ਵਰਤ ਰਹੇ ਹਾਂ। ਲੇਖਕ ਵੀ ਉਹੀ, ਪ੍ਰਕਾਸ਼ਕ ਵੀ ਉਹੀ। ਉਹੀ ਲੇਖਕ 18 ਸਾਲ ਪਹਿਲਾਂ ਲਿਖਦਾ ਆਪਣੇ ਆਪ ਨੂੰ ਟੀਕਾਕਾਰ ਸੰਪਰਦਾ ਦਮਦਮੀ ਟਕਸਾਲ, ਅਤੇ 18 ਸਾਲ ਬਾਅਦ ਲਿਖਦਾ ਆਪਣੇ ਆਪ ਨੂੰ ਸੰਪਰਦਾ ਦਮਦਮੀ ਟਕਸਾਲ। ਇਹ ਤੁਹਾਡੇ ਸਾਰੇ ਸਿੱਖ ਜਗਤ ਦੇ ਮੈਂ ਸਾਹਮਣੇ ਜਿਹੜੀ ਸਨਮੁੱਖ ਇਹ ਗੱਲ ਕਰਨੀ ਚਾਹੁੰਦਾ ਕਿ ਬਿਲਕੁਲ ਬੇਬੁਨਿਆਦ, ਅਸਲ ਦੇ ਵਿੱਚ ਇਹਦੇ ਕਾਰਨ ਕੁਛ ਹੋਰ ਨੇ, ਇਹ ਇੱਕ ਬਹਾਨਾ, ਅਤੇ ਜਿਹੜੇ ਅਸਲੀ ਕਾਰਨ ਨੇ ਮੈਂ ਖੈਰ ਉਹਨਾਂ ਚੀਜ਼ਾਂ ਦੇ ਵਿੱਚ ਮੈਂ ਬਾਦ ਬਾਦ ਦੀ ਗੱਲ ਨਹੀਂ, ਮੈਂ ਇਹ ਇਸ ਕਰਕੇ ਇਹ ਗੱਲ ਦੱਸਣੀ ਚਾਹੁੰਦਾ ਕਿ ਅਸੀਂ ਮਤਲਬ ਕੋਈ ਇਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਟਕਸਾਲ ਦੇ ਨਾਂ 'ਤੇ, ਮੈਨੂੰ ਇੱਕ ਗੱਲ ਦੱਸੋ ਜੀ, ਕਾਨੂੰਨੀ ਰਾਈਟ ਆ, ਕੌਣ ਕਿਸੇ ਦੇ ਨਾਂ 'ਤੇ ਕੋਈ ਪ੍ਰਕਾਸ਼ ਕਰ ਸਕਦਾ? ਅਤੇ ਰਹੀ ਗੱਲ ਟਕਸਾਲ ਦਾ ਨਾਂ ਵਰਤਣ ਦੀ, ਮੈਂ ਉਹਦੇ ਬਾਰੇ ਵੀ ਇਹ ਦੱਸਣੀ ਚਾਹੁੰਦਾ ਕਿ ਸੰਪਰਦਾ ਦਮਦਮੀ ਟਕਸਾਲ ਕਿਉਂ ਲਿਖਿਆ। ਮੈਨੂੰ ਇਹ ਦੱਸੋ ਕਿ ਜਿਹੜਾ ਵੀ ਕੋਈ ਲਿਖਣ ਵਾਲਾ ਹੁੰਦਾ ਜਾਂ ਲੇਖਕ ਹੈ, ਕੋਈ ਪ੍ਰਚਾਰਕ ਹੈ, ਉਹਦੀ ਇੱਕ ਆਈਡੈਂਟੀ ਹੁੰਦੀ ਆ ਕਿ ਜੋ ਕੁਛ ਇਹ ਲਿਖ ਰਿਹਾ ਇਹਨੇ ਲਿਖਣ ਦਾ ਗਿਆਨ, ਇਹ ਲਿਖਣ ਦੀ ਇਹਨੂੰ ਅਕਲ, ਇਹ ਸੂਝ ਕਿੱਥੋਂ ਪ੍ਰਾਪਤ ਹੋਈ? ਹੁਣ ਜਿੱਥੋਂ ਮਹਾਂਪੁਰਖਾਂ ਨੇ ਵਿੱਦਿਆ ਲਈ, ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲੇ, ਉਹਨਾਂ ਤੋਂ ਇਲਾਵਾ ਸੰਤ ਬਾਬਾ ਦਿਆਲ ਸਿੰਘ ਜੀ ਪਿੰਡਾਂ ਵਾਲੇ, ਜਿਹੜੇ ਸਾਡੇ ਰੰਧਾਵੇ ਪਿੰਡ ਦੇ ਵਿੱਚ ਹੀ ਰਹਿ ਕੇ ਮਹਾਂਪੁਰਖਾਂ ਨੂੰ ਸ੍ਰੀ ਦਸਮ ਗ੍ਰੰਥੀ ਉੱਤੇ ਸੰਥਿਆ ਕਰਾ ਕੇ ਗਏ ਸੀ। ਇਸ ਕਰਕੇ ਕੋਈ ਵਿਦਿਆਰਥੀ ਇੱਕ ਦਿਨ ਵੀ ਕਿਸੇ ਸਕੂਲ ਵਿੱਚ ਪੜ੍ਹ ਲਵੇ, ਉਹ ਹੱਕ ਰੱਖਦਾ ਕਿ ਉਹ ਸਕੂਲ ਦਾ ਨਾਂ ਵਰਤ ਸਕਦਾ। ਹਾਂ, ਜੇ ਅਸੀਂ ਕਿਸੇ ਜਗ੍ਹਾ ਦਾ ਨਾਂ ਵਰਤੀਏ ਜਾਂ ਅਸੀਂ ਪ੍ਰਕਾਸ਼ਕ ਲਿਖ ਕੇ ਉੱਥੇ ਇਹ ਲਿਖਦੇ ਕਿ ਪ੍ਰਕਾਸ਼ਕ ਗੁਰਮਤ ਵਿਦਿਆਲਾ ਜਥਾ ਰੰਧਾਵਾ ਅਤੇ ਮੁਖੀ ਜਥਾ ਰੰਧਾਵਾ ਸੰਪਰਦਾ ਦਮਦਮੀ ਟਕਸਾਲ, ਫਿਰ ਮੈਨੂੰ ਇਹ ਲੱਗਦਾ ਫਿਰ ਅਸੀਂ ਕਿਤੇ ਨਾ ਕਿਤੇ ਗਲਤ ਸੀਗੇ ਫਿਰ, ਕਿਉਂਕਿ ਇੱਕ ਜਿਹੜੀ ਸੰਸਥਾ ਉਹਨੂੰ ਇੱਕ ਤਰ੍ਹਾਂ ਦਾ ਮਤਲਬ ਜਿਹੜਾ ਚੈਲੰਜ ਹੋ ਸਕਦਾ ਸੀ ਇਸ ਗੱਲ ਦੇ ਵਿੱਚ। ਅਤੇ ਸਿਰਫ ਟੀਕਾਕਾਰ ਲਿਖਣ ਦਾ ਮਤਲਬ ਇੱਕ ਲਿਖਣ ਵਾਲੇ ਦੀ ਆਈਡੈਂਟੀ, ਅਤੇ ਦੂਸਰਾ ਪ੍ਰਕਾਸ਼ਕ ਉਹ ਸਾਫ਼ ਆ, ਅਤੇ ਤੀਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ, ਫਿਰ ਕਿਹਾ ਗਿਆ ਜੀ ਅਰਥ ਚੋਰੀ ਕਰ ਲਏ,
ਮੈਨੂੰ ਐਂ ਦੱਸੋ ਕਿ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਇੰਟਰਨੈਟ ਦੇ ਉੱਤੇ ਤਕਰੀਬਨ ਮਹਾਂਪੁਰਖਾਂ ਦੀ ਕਥਾ ਦੇ ਅਰਥ ਪਾਏ ਔਰ ਸਾਰੇ ਸੰਸਾਰ ਉਹਨਾਂ ਅਰਥਾਂ ਨੂੰ ਸੁਣਦਾ, ਉਹਨਾਂ ਅਰਥਾਂ ਨੂੰ ਸਾਰਾ ਸੰਸਾਰ ਸੁਣਦਾ ਅਤੇ ਉਹ ਅਰਥ ਜਥੇ ਦੇ ਸਿੰਘਾਂ ਨੇ ਵੀ ਸੁਣੇ। ਕੇਵਲ ਅਰਥ ਵੀ ਸੁਣੇ, ਉਹਦੇ ਨਾਲ ਨਾਲ ਤਕਰੀਬਨ 8 ਸਟੀਕ ਹੋਰ ਸੀਗੇ ਜਿਹੜੇ ਨਾਲ ਰੱਖੇ, ਜਿਹਦੇ ਵਿੱਚ ਅਮੀਰ ਭੰਡਾਰ ਅਤੇ ਚੰਦਾ ਸਿੰਘ ਦਾ, ਭਾਈ ਵੀਰ ਸਿੰਘ ਦਾ ਭਾਵੇਂ ਅਧੂਰਾ, ਭਾਈ ਕਾਨ ਸਿੰਘ ਨਾਭਾ, ਤਕਰੀਬਨ ਇਹ 8 ਸਟੀਕ ਜਿਹੜੇ ਨੇ ਨਾਲ ਉਹਦੇ ਲਿਖ ਕੇ ਰੱਖ ਕੇ ਪ੍ਰੋਫੈਸਰ ਸਾਹਿਬ ਸਿੰਘ ਦਾ, ਕਹਿਣ ਤੋਂ ਭਾਵ ਜਿੱਥੋਂ ਕਿਸੇ ਦਾ ਕੋਈ ਚੰਗਾ ਮਤਲਬ ਅਰਥ ਮਿਲਿਆ ਫਰੀਦਕੋਟ ਵਾਲਾ ਟੀਕਾ ਜਾਂ ਕਿਸੇ ਹੋਰ ਬਾਹਰੀ ਗ੍ਰੰਥ ਦੇ ਸਰੋਤ ਦੇ ਵਿੱਚੋਂ ਮਿਲਿਆ, ਉਹ ਵੀ ਅਰਥ ਉੱਥੇ ਲਿਖਿਆ ਗਿਆ। ਪਰ ਕਿਉਂਕਿ ਇਹ ਮਹਾਂਪੁਰਖਾਂ ਦੀ ਰਚਨਾ ਦੇ ਅਰਥ ਸੀਗੇ, ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਅਰਥ ਅਸੀਂ ਮਹਾਂਪੁਰਖਾਂ ਦੀ ਰਚਨਾ ਦੇ ਜਿਹੜੇ, ਚਾਹੇ ਉਹ ਮਹਾਂਪੁਰਖਾਂ ਨੂੰ ਕਾਪੀਆਂ ਦੇ ਦੁਆਰਾ ਪ੍ਰਾਪਤ ਹੋਏ ਉਹ ਅਰਥ ਲਿਖ ਕੇ ਅਤੇ ਅਸੀਂ ਉੱਥੇ ਇਕੱਲਾ ਲਿਖ ਦਿੰਦੇ ਟੀਕਾਕਾਰ ਸੰਤ ਹਰੀ ਸਿੰਘ ਜਥਾ ਰੰਧਾਵਾ, ਤਾਂ ਮੈਨੂੰ ਇਹ ਲੱਗਦਾ ਬਹੁਤ ਸਾਰੇ ਲੋਕਾਂ ਨੇ, ਹੋ ਸਕਦਾ ਇਹਨਾਂ ਲੋਕਾਂ ਨੇ ਫਿਰ ਇਹ ਕਹਿਣਾ ਸੀ ਦੇਖੋ ਜੀ ਅਰਥ ਉਹਨਾਂ ਦੇ ਅਤੇ ਨਾ ਆਪਣੇ 'ਤੇ ਲਿਖਦੇ। ਇਹ ਦੇਖੋ ਜਿਹੜੀ ਚੋਰੀ ਆ, ਬੇਈਮਾਨੀ ਆ, ਇਹ ਬੰਦਿਆਂ ਨਾਲ ਚੱਲ ਸਕਦੀ ਆ ਪਰ ਰੱਬ ਦੇ ਘਰ 'ਚ ਨਹੀਂ ਚੱਲ ਸਕਦੀ। ਕਿਸੇ ਦੇ ਅਰਥਾਂ ਨੂੰ ਤੁਸੀਂ ਆਪਣਾ ਨਾਂ ਲਿਖ ਕੇ ਆਪਣੀ ਪ੍ਰਭਤਾ ਪ੍ਰਗਟਾਓ ਤਾਂ ਇਹ ਗੱਲ ਮੈਨੂੰ ਨਹੀਂ ਲੱਗਦਾ ਕਿਤੇ ਪ੍ਰਵਾਨਿਤ ਹੋਵੇ। ਅਤੇ ਦੂਸਰਾ ਇਹ ਇਸ ਕਾਰਨ ਇਹਦੇ ਉੱਤੇ ਸੰਪਰਦਾ ਜਿਹੜਾ ਦਮਦਮੀ ਟਕਸਾਲ ਜਿਹੜਾ ਲਿਖਿਆ ਗਿਆ, ਕਿਉਂਕਿ ਜਿਹੜੀ ਵਿੱਦਿਆ ਸੀ ਜਥਾ ਰੰਧਾਵਾ ਨੇ ਹੁਣ ਤੱਕ ਹਜ਼ਾਰਾਂ ਵਿਦਿਆਰਥੀ ਪੜ੍ਹਾਏ, ਉਹ ਵਿਦੇਸ਼ਾਂ ਦੇ ਵਿੱਚ ਕਥਾ ਕਰ ਰਹੇ ਨੇ, ਦੇਸ਼ਾਂ ਦੇ ਵਿੱਚ ਕਥਾ ਕਰ ਰਹੇ ਨੇ, ਪ੍ਰਚਾਰ ਕਰ ਰਹੇ ਨੇ। ਉਹ ਦਮਦਮੀ ਟਕਸਾਲ ਦੀ ਜਿਹੜੀ ਮਰਯਾਦਾ ਹੈ ਜਾਂ ਜਿਹੜੀ ਵਿੱਦਿਆ ਹੈ ਜਾਂ ਕਥਾ ਦੇ ਗ੍ਰੰਥ ਨੇ ਉਹ ਪੜ੍ਹਾਏ ਜਾਂਦੇ ਨੇ। ਸਾਡੇ ਕੋਲ ਹੁਣ ਵੀ ਇਸ ਸਮੇਂ ਜਥੇ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਪੜ੍ਹਨ ਵਾਸਤੇ, ਕੋਈ ਨਾਨਕ ਪ੍ਰਕਾਸ਼ ਪੜ੍ਹਨ ਵਾਸਤੇ, ਕੋਈ ਹੋਰ ਗ੍ਰੰਥ ਪੜ੍ਹਨ ਵਾਸਤੇ, ਕੋਈ ਵਿਦਾਂਤ ਪੜ੍ਹਨ ਵਾਸਤੇ ਅਤੇ ਕੋਈ ਭਾਵਨਾ ਸਿਮਰਤ ਪੜ੍ਹਨ ਵਾਸਤੇ ਆਉਂਦਾ। ਸੋ ਇਸ ਗੱਲ ਕਰਕੇ ਇਹ ਜਿਹੜਾ ਇਹਦੇ ਵਿੱਚ ਕੋਈ ਸ਼ੱਕ ਸ਼ੁਭਾ ਨਹੀਂ ਹੈ। ਇਹਦੇ ਵਿੱਚ ਮੈਂ ਇਹ ਗੱਲ ਸਾਰੀ ਕੌਮ ਨੂੰ ਅਤੇ ਸਾਰਿਆਂ ਗੁਰਮੁਖਾਂ ਨੂੰ ਜਾਂ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਮਦਮੀ ਟਕਸਾਲ ਨੂੰ ਪ੍ਰੇਮ ਕਰਨ ਵਾਲੇ ਜਿਹੜੇ ਬੈਠੇ ਨੇ ਸਾਰਿਆਂ ਨੂੰ ਇਹ ਗੱਲ ਜਿਹੜੀ ਹੈ ਭਲੀ ਪਤਾ ਹੋਣੀ ਚਾਹੀਦੀ ਹੈ ਕਿ ਇਹ ਬਿਲਕੁਲ ਇੱਕ ਕੂੜ ਪ੍ਰਚਾਰ ਕੀਤਾ ਗਿਆ ਕਿ ਅਸੀਂ ਜਿਹੜਾ ਹੈਗਾ ਟਕਸਾਲ ਦੇ ਨਾਂ 'ਤੇ ਇਹਨੂੰ ਪ੍ਰਕਾਸ਼ ਕੀਤਾ। ਇਹਦਾ ਪ੍ਰਕਾਸ਼ਨ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਖਾਲਸਾ ਚੈਰੀਟੇਬਲ ਟਰੱਸਟ ਦੇ ਨਾਂ 'ਤੇ ਹੋਇਆ ਅਤੇ ਹੋਏਗਾ, ਕਿਉਂਕਿ ਸਾਡਾ ਰਾਈਟ ਹੈ, ਲਿਖਣਾ ਹਰ ਇੱਕ ਦਾ ਰਾਈਟ ਹੈ, ਗੁਰਬਾਣੀ ਜਿਹੜੀ ਹੈ ਉਹ ਇਸ ਕਰਕੇ। ਇਹ ਸਾਰੀਆਂ ਬੇਨਤੀਆਂ ਜਿਹੜੀਆਂ ਨੇ ਮੈਂ, ਤਾਂ ਕਿ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ। ਅਤੇ ਰਹੀ ਗੱਲ ਹੁਣ ਬਾਦਵਾਦ ਦੀ, ਜੋ ਜਿਸ ਤਰ੍ਹਾਂ ਦੇ ਬਿਆਨ ਆਏ ਅਤੇ ਜੋ ਚੱਲਦਾ, ਸੋ ਇਹਦੇ ਬਾਰੇ ਮੈਂ ਬਹੁਤਾ ਕੁਛ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਜਿਹੜੀ ਸਾਡੀ ਇੱਕ ਸਥਿਤੀ ਸੀਗੀ ਮੈਂ ਉਹਨੂੰ ਦੱਸਣਾ ਚਾਹੁੰਦਾ ਕਿ ਸਟੀਕ ਜਿਹੜਾ ਹੈ ਇਹਦਾ ਉਦਘਾਟਨ ਹੋ ਗਿਆ ਅਤੇ ਹੁਣ ਇਸ ਤੋਂ ਬਾਅਦ ਇਹ ਸਟੀਕ ਗਿਆਨੀ ਸਿੰਘਾਂ ਨੂੰ, ਕਥਾਕਾਰਾਂ ਨੂੰ, ਉਹਨਾਂ ਨੂੰ ਇਹ ਕਥਾ ਕਰਨ ਵਾਸਤੇ ਕਿਸੇ ਤੋਂ ਕੋਈ ਭੇਟਾ ਨਹੀਂ ਲਿੱਤੀ ਜਾਏਗੀ, ਉਹਨਾਂ ਨੂੰ ਫ੍ਰੀ ਆਫ ਕੋਸਟ, ਜਿਹਦੀ ਕੋਈ ਲਾਗਤ ਨਹੀਂ, ਜਿਹਦੇ ਵਿੱਚ ਕੋਈ ਮਤਲਬ ਜਿਹੜਾ ਹੈਗਾ ਨਹੀਂ ਆਊਗੀ। ਅਤੇ ਕੋਈ ਉਹਦੀ ਜਿਹੜੀ ਹੈ ਲਾਗਤ ਨਹੀਂ, ਕੁਛ ਟੈਕਨੀਕਲ ਪ੍ਰੋਬਲਮ ਸੀ, ਮੈਂ ਇਸ ਕਰਕੇ ਉਸਨੂੰ ਦੇਖਣ ਲੱਗਿਆ ਸੀਗਾ। ਸੋ ਦੁਬਾਰਾ ਫਿਰ ਮੈਂ ਅਖੀਰ ਦੇ ਵਿੱਚ ਸਮੁੱਚੇ ਪੰਥ ਖਾਲਸੇ ਨੂੰ ਜਿੱਥੇ ਇਸ ਗੱਲ ਦੀਆਂ ਵਧਾਈਆਂ ਦਿੰਦਾ
ਤਾਂ ਇਸ ਗੱਲ ਦਾ ਕਿਸੇ ਵੀ ਮਨ ਦੇ ਵਿੱਚ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜਥਾ ਰੰਧਾਵਾ ਨੇ ਦਮਦਮੀ ਟਕਸਾਲ ਦੇ ਨਾਂ 'ਤੇ ਇਹਨੂੰ ਪ੍ਰਕਾਸ਼ ਕੀਤਾ, ਇਹ ਐਵੇਂ ਕੂੜ ਪ੍ਰਚਾਰ ਆ। ਅਤੇ ਦੂਸਰੀ ਗੱਲ ਇਹ ਆ ਕਿ ਜਿਹੜੇ ਲੋਕ ਅੱਜ ਇਹ ਕਹਿ ਰਹੇ ਨੇ ਕਿ ਜੀ ਸਾਡਾ ਕੋਈ ਸੰਬੰਧ ਨਹੀਂ ਹੈ ਅਤੇ ਇਹ ਹੈ ਵੋ ਹੈ, ਤਾਂ ਮੈਨੂੰ ਲੱਗਦਾ ਵੀ ਇਹਨਾਂ ਗੱਲਾਂ ਦਾ ਕੋਈ ਬਾਹਲਾ ਜ਼ਿਆਦਾ ਮੈਨੂੰ ਉੱਤਰ ਦੇਣ ਦਾ ਕੋਈ ਵਾਜਬ ਗੱਲ ਨਹੀਂ ਹੈਗੀ, ਕਿਉਂਕਿ ਇਹ ਸਾਰੀ ਕੌਮ ਹੀ ਜਾਣਦੀ ਆ ਕਿ ਅਸੀਂ ਕੌਣ ਆ, ਅਸੀਂ ਕੀ ਹਾਂ ਅਤੇ ਅਸੀਂ ਕੀ ਕੀਤਾ ਅਤੇ ਜਾਂ ਅਸੀਂ ਕੀ ਕਰਨਾ। ਸੋ ਮੈਂ ਕਿਸੇ ਦੇ ਨਿੱਜੀ ਜੀਵਨ 'ਤੇ, ਕਿਸੇ ਦੀਆਂ ਨਿੱਜੀ ਜੀਵਨ ਦੀਆਂ ਘਾਟਾਂ 'ਤੇ, ਕਿਸੇ ਵਾਧਾ 'ਤੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਕਰੀਏ। ਅਤੇ ਹਰ ਇੱਕ ਬਾਰੇ ਜਿਹੜੀ ਸੰਗਤ ਆ ਉਹ ਭਲੀ ਭਾਂਤ ਜਾਣਦੀ ਆ, ਅਤੇ ਪੰਥ ਦੀ ਗੱਲ ਜਿਹੜੀ ਹੈ ਜਿੰਨੀ ਗੁਰੂ ਸਾਹਿਬ ਕਰਾਉਣਗੇ ਚੜ੍ਹਦੀ ਕਲਾ ਦੇ ਵਿੱਚ ਕਰਦੇ ਰਹਾਂਗੇ, ਅਤੇ ਨਾ ਕਦੇ ਪਹਿਲਾਂ ਕਿਸੇ ਤੋਂ ਦਵੇ ਹਾਂ ਅਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਕਿਸੇ ਤੋਂ ਦਵਾਂਗੇ। ਗੁਰੂ ਸਾਹਿਬ ਕਿਰਪਾ ਰੱਖਣ ਅਤੇ ਸਭ ਨੂੰ ਇਹ ਚੜ੍ਹਦੀ ਕਲਾ ਰੱਖਣ। ਤੋ ਮੈਂ ਤਾਂ ਇਹ ਕਹਿੰਦਾ ਕਿ ਜਿਨ੍ਹਾਂ ਨੇ ਇਸ ਪੰਥ ਕਾਰਜ ਦਾ ਵਿਰੋਧ ਵੀ ਕੀਤਾ ਅਤੇ ਗੁਰਬਾਣੀ ਦਾ ਪ੍ਰਚਾਰ, ਗੁਰਬਾਣੀ ਦੇ ਅਰਥ ਜਿਹੜੇ ਨੇ ਰੋਕਣ ਲਈ, ਸੋ ਉਹ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਆ। ਆਪਾਂ ਜਿਹੜਾ ਹੈਗਾ ਹਰ ਇੱਕ ਦਾ ਰਾਈਟ ਆ ਕਿਸੇ ਦੇ ਹੱਕ 'ਚ ਖੜਨਾ, ਕਿਸੇ ਦੇ ਵਿਰੋਧ ਦੇ ਵਿੱਚ ਖੜਨਾ, ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਸੋ ਬਹੁਤ ਖੁਸ਼ੀ ਹੋਈ ਕਿ ਗੁਰੂ ਸਾਹਿਬ ਕਿਰਪਾ ਕਰਨ। ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਅਤੇ ਜਿਹੜੇ ਵੀ ਆਪਾਂ ਜਿਹੜਾ ਹੈਗਾ ਕੋਈ ਉਸ ਤਰ੍ਹਾਂ ਦੀ ਵਾਦ ਵਾਦ ਵਾਲੀ ਗੱਲ ਨਹੀਂ ਹੈਗੀ, ਅਤੇ ਮਹਾਰਾਜ ਸਾਹਿਬ ਕਿਰਪਾ ਕਰਨ। ਅਤੇ ਬਾਕੀ ਰਹੀ ਗੱਲ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਵੀ ਫਿਰ ਅਗਲੀ ਕਾਰਵਾਈ ਜਾਂ ਕੋਈ ਗੱਲਾਂ ਹੋਣਗੀਆਂ ਉਹ ਤੁਹਾਡੇ ਨਾਲ ਅਸੀਂ ਸਮੇਂ ਸਮੇਂ 'ਤੇ ਸ਼ੇਅਰ ਕਰਦੇ ਰਹਾਂਗੇ ਜੀ।